ਕਰਨ ਦੇ ਲਈ। ਵਿਰਸਾ ਸਿੰਘ ਵਲਟੋਆ ਜੁੜੇ ਨੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ। ਵਲਟੋਆ ਸਾਹਿਬ, ਕਿਸ ਤਰੀਕੇ ਨਾਲ ਦੇਖ ਰਹੇ ਹੋ ਇਹਨਾਂ ਤਸਵੀਰਾਂ ਨੂੰ? SGPC ਇਤਰਾਜ਼ ਜ਼ਾਹਿਰ ਕਰ ਰਹੀ ਹੈ, ਹਾਲਾਂਕਿ ਬਹੁਤ VVIPs ਜਾਂਦੇ ਨੇ, ਕੋਈ ਭਗਵੰਤ ਮਾਨ ਇਕੱਲੇ ਨਹੀਂ ਗਏ, ਪਰ ਇਹ ਸਾਰਿਆਂ 'ਤੇ ਹੀ ਲਾਗੂ ਹੁੰਦਾ ਨਿਯਮ ਕਿ ਕੋਈ ਵੀ ਜਾਵੇ ਸੰਗਤ ਪਰੇਸ਼ਾਨ ਨਹੀਂ ਹੋਣੀ ਚਾਹੀਦੀ। ਦੇਖੋ ਵਿਜੇਪਾਲ, ਸਭ ਤੋਂ ਪਹਿਲੀ ਤੇ ਗੱਲ ਕਿ ਕੋਈ ਵੀ ਜਾਂਦਾ ਆ ਜੀ, ਇੱਥੇ ਅਕਬਰ ਵਰਗੇ ਵੀ ਸਤਿਗੁਰਾਂ ਦੇ ਦਰਬਾਰ ਆਉਂਦੇ ਰਹੇ ਨੇ ਜੀ, ਬੜੇ ਬੜੇ ਸ਼ਹਿਨਸ਼ਾਹ, ਬੜੇ ਬੜੇ ਬਾਦਸ਼ਾਹ ਤੇ ਬੜੀਆਂ ਬੜੀਆਂ ਹਸਤੀਆਂ ਆਉਂਦੀਆਂ ਨੇ। ਪਰ ਸਭ ਤੋਂ ਪਹਿਲੀ ਤੇ ਗੱਲ ਹੈ ਕਿ ਤੁਸੀਂ ਗੁਰੂ ਦਰਬਾਰ ਨਤਮਸਤਕ ਹੋਣ ਵਾਸਤੇ ਆ ਰਹੇ ਜੇ, ਤੇ ਜਿਸ ਤਰੀਕੇ ਦੇ ਨਾਲ ਉਸ ਦਿਨ ਸੰਗਤ ਦੇ ਨਾਲ ਵਿਵਹਾਰ ਕੀਤਾ ਗਿਆ ਆ ਪ੍ਰਸ਼ਾਸਨ ਵੱਲੋਂ, ਕਿਉਂਕਿ ਇਹਦੇ ਵਿੱਚ SGPC ਦਾ ਕੋਈ ਦਖਲਅੰਦਾਜ਼ੀ ਨਹੀਂ ਹੁੰਦੀ, ਔਰ ਸੰਗਤ ਨੂੰ ਰੋਕ ਕੇ ਰੱਖਣਾ ਪਰਿਕਰਮਾ ਦੇ ਵਿੱਚ ਬਾਹਰ, ਇੱਥੋਂ ਤੱਕ ਕਿ ਜਿੱਥੇ ਜਾ ਕੇ ਗੱਡੀਆਂ ਖੜਦੀਆਂ ਨੇ ਪਲਾਜ਼ਾ ਤੇ, ਉੱਥੋਂ ਲੈ ਕੇ ਮਤਲਬ ਚਾਰਜ ਫਿਰ ਐਂ ਸਾਰਾ ਕੁਛ ਰੋਕ ਦਿੱਤਾ ਗਿਆ। ਮੇਰਾ ਖਿਆਲ ਪਹਿਲੀ ਵਾਰ ਆਇਆ ਕਿ ਸੰਗਤ ਨੇ ਕਿਸੇ VVIP ਦੇ ਮੂੰਹ ਦੇ ਉੱਤੇ ਜਾਂ ਪ੍ਰਸ਼ਾਸਨ ਦੇ ਮੂੰਹ ਦੇ ਉੱਤੇ ਕਿਹਾ ਹੋਵੇ ਕਿ ਮਤਲਬ ਇਹ ਜਾਤੀ, ਮੈਂ ਜਾਤੀ ਸ਼ਬਦ ਅਜੇ ਬਹੁਤ ਘੱਟ ਵਰਤ ਰਿਹਾ, ਜੋ ਕੁਛ ਉੱਥੇ ਸ਼ਬਦ ਵਰਤੇ ਗਏ ਜਾਂ ਜਿਸ ਤਰ੍ਹਾਂ ਦਾ ਸੰਗਤ ਵੱਲੋਂ ਪ੍ਰਗਟਾਵਾ ਕੀਤਾ ਗਿਆ ਜੀ, ਇਹ ਜਿਹੜਾ ਆ ਇਹ ਇੱਕ ਸ਼ੋਭਾ ਵਾਲੀ ਗੱਲ ਨੀ ਗੀ। ਤੁਸੀਂ ਨਤਮਸਤਕ ਹੋਣ ਵਾਸਤੇ ਆਉਣਾ ਹੈ, ਠੀਕ ਹੈ ਕਿ ਤੁਸੀਂ VVIP ਦੇ, ਤੁਹਾਨੂੰ ਤੁਹਾਡੀ ਸਿਕਿਉਰਿਟੀ ਵੀ ਜ਼ਰੂਰੀ ਹੈ, ਪਰ ਜਿਸ ਕਦਰ ਤੁਸੀਂ ਵਿਜੇਪਾਲ, ਤੁਸੀਂ ਬੜੇ ਲੰਬੇ ਸਮੇਂ ਤੋਂ ਪੱਤਰਕਾਰਤਾ ਦੇ ਨਾਲ ਜੁੜੇ ਹੋਏ ਜੇ, ਤੁਸੀਂ ਪੱਤਰਕਾਰਤਾ ਕਰਦੇ ਜੀ, ਮੇਰਾ ਖਿਆਲ ਹੈ ਕਿ ਤੁਸੀਂ ਵੀ ਕਦੇ ਅਜਿਹਾ ਨਹੀਂ ਵੇਖਿਆ ਹੋਣਾ ਜਿਸ ਤਰੀਕੇ ਦੇ ਨਾਲ ਸਾਹਿਬ ਭਗਵੰਤ ਸਿੰਘ ਮਾਨ ਹੋਰਾਂ ਦੀ ਸਿਕਿਉਰਿਟੀ ਕੀਤੀ ਜਾਂਦੀ ਹੈ, ਪ੍ਰਕਰਮਾਂ 'ਚ ਕੀਤੀ ਜਾਂਦੀ ਹੈ, ਅੰਦਰ ਕੀਤੀ ਜਾਂਦੀ ਹੈ, ਬੜੇ ਅਸੀਂ VVIP ਦੇ ਨਾਲ ਜਾਂਦੇ ਰਹੇ ਹਾਂ, ਹਾਂਜੀ ਉੱਥੇ ਵੀ ਅਸੀਂ ਵੀ ਦੇਖਦੇ ਰਹੇ ਹਾਂ, ਸਭ ਪ੍ਰਕਾਸ਼ ਸਿੰਘ ਬਾਦਲ ਮੱਥਾ ਟੇਕਣ ਆਉਂਦੇ ਰਹੇ ਨੇ, ਹਾਂਜੀ ਔਰ ਉਹ ਤਾਂ ਮੇਰਾ ਖਿਆਲ ਹੈ ਕਿ ਹਰ ਹਫ਼ਤੇ ਆਉਂਦੇ ਰਹੇ। ਫਿਰ ਦੂਸਰੀ ਗੱਲ, ਸਭ ਤੋਂ ਵੱਡੀ ਗੱਲ ਹੈ ਕਿ ਇਹ ਪਤਾ ਸੀਗਾ ਕਿ ਅੱਜ ਪ੍ਰਕਾਸ਼ ਗੁਰਪੁਰਬ ਆ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਔਰ ਲੱਖਾਂ ਦੀ ਤਾਦਾਦ 'ਚ ਸੰਗਤ ਹੈ, ਸੰਗਤ ਦੇ ਕੋਲੇ ਥਾਂ ਰੱਖ ਪੈਰ ਰੱਖਣ ਜੋਗੀ ਜਗ੍ਹਾ ਨਹੀਂ, ਤੇ ਤੁਸੀਂ ਉਸ ਦਿਨ ਜਾ ਕੇ ਸੰਗਤ ਨੂੰ ਪਰੇਸ਼ਾਨ ਕਰਦੇ ਜੇ, ਸੰਗਤ ਦੇ ਵਿੱਚ ਜੇ ਤੁਸੀਂ ਉੱਥੇ ਜਾਂਦੇ ਜੇ, ਪਤਾ ਨੀ ਸਤਿਗੁਰਾਂ ਦੀਆਂ ਖੁਸ਼ੀਆਂ ਤੇ ਮਿਲਣੀਆਂ ਕਿ ਨਹੀਂ ਮਿਲਣੀਆਂ, ਹਾਂਜੀ ਸੰਗਤ ਦੇ ਜਿਹੜੇ ਉਲੰਭੇ ਤੇ ਸੰਗਤ ਦੇ ਜਿਹੜੀਆਂ ਬਦਸੀਸਾਂ ਆ ਉਹ ਲੈ ਕੇ, ਤੇ ਤੁਸੀਂ ਕੀ ਪ੍ਰਗਟਾਵਾ ਕਰਨਾ ਚਾਹੁੰਦੇ ਜੀ? ਦੇਖੋ SGPC ਨੂੰ ਵੀ ਕੋਈ ਇਤਰਾਜ਼ ਨਹੀਂ, SGPC ਵੀ ਇੱਕ ਸੰਸਥਾ ਆ, ਪਰ SGPC ਨੇ ਸਿੱਖ ਸੰਗਤ ਦੀਆਂ ਭਾਵਨਾਵਾਂ ਦਾ, ਮਰਿਆਦਾ ਦਾ ਪ੍ਰਗਟਾਵਾ ਕੀਤਾ ਹੈ, ਹਰ ਕੋਈ ਕਰਨਾ ਚਾਹੀਦਾ, ਹਰ ਇੱਕ ਨੂੰ ਕਰਨਾ ਚਾਹੀਦਾ, ਅਸੀਂ ਇਸੇ ਕਰਕੇ ਉਸ ਦਿਨ ਦੇ ਬੋਲੇ ਨਹੀਂ। ਚਲੋ ਗੁਰੂ ਘਰ ਆਏ ਜੇ ਅਸੀਂ ਗੱਲ ਕਰਦੇ ਹਾਂ, ਮਾੜੇ ਲੱਗੇ ਤਾਂ ਸੋਸ਼ਲ ਮੀਡੀਆ 'ਚ ਬਹੁਤ ਚੱਲਦਾ ਸੀਗਾ, ਸੋਸ਼ਲ ਮੀਡੀਆ 'ਚ ਹੁਣ ਦੇਖੋ ਸਭ ਭਗਵੰਤ ਸਿੰਘ ਮਾਨ ਉਹੀ ਨੇ ਜੀ, ਜਦੋਂ ਜਿਹੜੇ ਸਵਾਲ ਕਰਦੇ ਹੁੰਦੇ ਸੀ, ਇਹ ਜੇ ਇਹਨਾਂ ਨੂੰ ਗੁਰੂ ਘਰ ਵੀ ਡਰ ਲੱਗਦਾ ਆ, ਹਾਂਜੀ ਹਾਂਜੀ, ਫਿਰ ਇਹਨਾਂ ਦਾ ਰੱਬ ਰੱਖਾ ਆ, ਹਾਂਜੀ ਤੇ ਹੁਣ ਗੁਰੂ ਘਰ 'ਚ ਉਹੀ ਹੈ, ਹਾਂਜੀ ਸਾਰਾ ਟੱਬਰ ਜਿਹੜਾ ਆ ਜੀ, ਹਾਂਜੀ ਅੱਜ ਤੁਸੀਂ ਪੁਲਿਸ ਲਈ ਫਿਰਦੇ ਜੇ, ਮਤਲਬ ਰੰਚਕ ਮਾਤਰ ਇਹਨਾਂ ਤੇ ਅਸਰ ਕੋਈ ਨੀ, ਜਿੰਨਾ ਮਰਜ਼ੀ ਬੋਲ ਲਓ, ਕੋਈ ਵੀ ਮਰਜ਼ੀ ਕਹੀ ਜਾਓ, ਤੁਸੀਂ ਕਹੀ ਜਾਓ, ਅਸੀਂ ਕਹੀ ਜਾਈਏ, ਵੀ ਤੁਸੀਂ ਆ ਗਲਤ ਕਰਦੇ ਜੇ, ਕਦੇ ਅਸਰ ਕਦੇ ਵੇਖਿਆ? ਇਸ ਕਰਕੇ ਮਰਜ਼ੀ ਹੈ ਜੀ। ਧੰਨਵਾਦ ਵਲਟੋਆ ਸਾਹਿਬ ਸਾਡੇ ਨਾਲ ਜੁੜਨ ਲਈ, ਆਪਣੀ ਗੱਲ ਕਹਿਣ ਲਈ। ਤਾਂ ਸਵਾਲ ਉੱਠ ਰਹੇ ਨੇ CM ਭਗਵੰਤ ਮਾਨ ਦੀ ਇਸ ਫੇਰੀ 'ਤੇ, ਖਾਸ ਕਰਕੇ ਉਸ ਗੱਲ 'ਤੇ ਕਿ ਸੰਗਤ ਨੂੰ ਉੱਥੇ ਰੋਕਿਆ ਗਿਆ, ਔਰ ਸੰਗਤ ਨੂੰ ਅੱਧਾ ਪੌਣਾ ਘੰਟਾ ਇੰਤਜ਼ਾਰ ਕਰਨਾ ਪਿਆ ਕਿਉਂਕਿ VVIP ਫੇਰੀ ਸੀ ਔਰ ਮੁੱਖ ਮੰਤਰੀ ਦਰਸ਼ਨ ਕਰਨ ਦੇ ਪਹੁੰਚੇ ਸੀ, ਇਸ ਕਰਕੇ ਸੰਗਤ ਨੇ ਵੀ ਇਤਰਾਜ਼ ਜਿਤਾਇਆ ਸੀ। ਕੋਸ਼ਿਸ਼ ਕਰ ਰਹੇ ਆਮ ਆਦਮੀ ਪਾਰਟੀ ਦੇ ਵੀ ਕਿਸੇ ਸਪੋਕਸਪਰਸਨ ਦੇ ਨਾਲ, ਕਿਸੇ ਨੁਮਾਇੰਦੇ ਦੇ ਨਾਲ ਗੱਲ ਕਰਨ ਦੀ, ਪਰ ਕੋਈ ਫੋਨ ਕਾਲ 'ਤੇ ਆ ਨਹੀਂ ਰਿਹਾ। ਜਿਵੇਂ ਹੀ ਕਿਸੇ ਦਾ ਪ੍ਰਤੀਕਰਮ ਆਇਆ ਉਹ ਵੀ ਅਸੀਂ ਦਰਸ਼ਕਾਂ ਨੂੰ ਜ਼ਰੂਰ ਸੁਣਾਵਾਂਗੇ।